ਫੇਰ ਨਾਮ ਹੈ ਐਲਿਸ ਕੋਟੇਜ। ਇਹ 1854 ਵਿੱਚ ਬਣੀ। हेलो गाइस, वेलकम बैक टू माय चैनल एक्सप्लोरर उदय। आज मैं यहाँ टी ट्री गली दी हिस्टोरिक टाउनशिप विच इतने जे टी ट्री गली दी पहले जेरे लोग आए थे, उन्होंने जेरे घर बनाए, उन्होंने जेरी चीज़ा बनाइया, उन्होंने हुण जेरे बच्चे हुए चीज़ा ने उस टाइम दे, हुण आपां अज उन्हां नूं देखांगे। ਇੱਥੇ ਹੈਗੀ ਹੈ ਇੱਕ ਰੀਕ੍ਰੀਏਸ਼ਨ ਪਾਰਕ, ਮਤਲਬ ਵੀ ਇੱਥੇ ਆਪਾਂ ਵਾਕਿੰਗ, ਟਰੈਕਿੰਗ, ਸਾਈਕਲਿੰਗ ਲਈ ਆ ਸਕਦੇ ਹਾਂ। ਅਤੇ ਇਹਦੇ ਨਾਲ ਹੀ ਆਪਾਂ ਨੂੰ ਇੱਕ ਕੋਟੇਜ ਦਿਖਦੀ ਹੈ, ਜੋ ਇੱਕ ਪੁਰਾਣੇ ਟਾਈਪ ਦੀ ਕੋਟੇਜ ਹੈ। ਇੱਥੇ ਇਨਫੋਰਮੇਸ਼ਨ ਵੀ ਹੈ, ਮੈਂ ਤੁਹਾਨੂੰ ਇਹ ਦਿਖਾ ਦਿੰਦਾ। ਗਾਇਸ, ਇਹ ਜਿਹੜੀ ਕੋਟੇਜ ਮੇਰੇ ਪਿੱਛੇ, ਇਹਦਾ ਨਾਮ ਹੈ ਐਲਿਸ ਕੋਟੇਜ। ਇਹ 1854 ਵਿੱਚ ਬਣੀ ਸੀਗੀ। ਅਤੇ ਤੀਜੀ ਗਲੀ ਦਾ ਨਾਮ ਉਦੋਂ ਸਟੀਵੈਂਟਨ ਸੀਗਾ। ਉਹ ਨਾਮ ਜਿਹੜਾ ਸੀਗਾ ਉਹ ਐਕਚੁਅਲੀ ਇਸ ਕੋਟੇਜ ਦੇ ਓਨਰ ਤੋਂ ਬਣਿਆ ਸੀਗਾ। ਜੇ ਇਸ ਦੇ ਕੋਟੇਜ ਦੇ ਓਨਰ ਸੀਗਾ, ਉਸਦਾ ਨਾਮ ਸੀ ਮਿਸਟਰ ਜੋਨ ਸਟੀਵਨ। ਅਤੇ ਉਹਨਾਂ ਦੇ ਨਾਮ ਤੋਂ, ਕਿਉਂਕਿ ਉਹ ਲੈਂਡਲੋਰਡ ਸੀਗੇ, ਉਹਨਾਂ ਦੇ ਨਾਮ ਤੋਂ ਇਸ ਏਰੀਆ ਦਾ ਨਾਮ ਬਣ ਗਿਆ ਸੀਗਾ। ਫਿਰ ਉਸ ਤੋਂ ਬਾਅਦ ਉਹ ਚੇਂਜ ਹੋ ਗਏ ਟੀਚਰ ਗਲੀ। ਬਾਅਦ 'ਚੋਂ ਇਸ ਨਾਮ ਟੀਚਰ ਗਲੀ ਇਸ ਲਈ ਰੱਖਿਆ ਗਿਆ ਕਿਉਂਕਿ ਇੱਥੇ ਇਸ ਏਰੀਆ ਵਿੱਚ ਟੀ ਟ੍ਰੀਜ਼ ਜਿਹੜੇ ਸੀਗੇ ਉਹ ਕਾਫੀ ਜ਼ਿਆਦਾ ਸੀਗੇ। ਇਹ ਜਿਹੜੀ ਆਪਾਂ ਦੇਖ ਸਕਦੇ ਹਾਂ, ਇਹ ਇੱਕ ਬੇਕਰੀ ਹੁੰਦੀ ਸੀਗੀ। ਟੀ ਟ੍ਰੀ ਗਲੀ ਦੇ ਫਸਟ ਬੇਕਰੀ ਸੀਗੀ ਇਹ। ਇਹ ਵੀ ਉਵੇਂ ਰੱਖੀ ਗਈ ਹੈ। ਇੱਥੇ ਪਹਿਲਾਂ ਇੱਕ ਬੰਦਾ ਰਹਿੰਦਾ ਸੀਗਾ, ਜਿਸ ਦਾ ਨਾਮ ਸੀਗਾ ਜੋਸੈਫ ਡੋ। ਉਹਨੇ 1854 ਵਿੱਚ ਬਣਾਈ ਸੀਗੀ ਅਤੇ ਇੱਥੇ ਰਹਿੰਦਾ ਸੀਗਾ। ਫਿਰ ਚਾਰਲਸ ਰੰਪ ਆਇਆ, ਉਹਨੇ ਇਹਨੂੰ ਬੇਕਰੀ 'ਚ ਕਨਵਰਟ ਕਰਤਾ ਸੀਗਾ। ਅਤੇ ਟੀ ਟ੍ਰੀ ਗਲੀ ਦੀ ਫਸਟ ਬੇਕਰੀ ਹੈ। ਇਸ ਮੈਪ ਵਿੱਚ ਕੁਛ ਬਹੁਤ ਇੰਟਰਸਟਿੰਗ ਵੀ ਹੈਗਾ। ਇੱਥੇ ਹੈ ਐਲਿਸ ਕੋਟੇਜ, ਜਿਹੜੀ ਉਹ ਵਾਲੀ ਕੋਟੇਜ ਸੀਗੀ ਉਹ ਇਸ ਪਿਕਚਰ 'ਚ ਹੈਗੀ ਹੈ। ਅਤੇ ਰਮਸ ਬੇਕਰੀ, ਮਤਲਬ ਆਹ ਬੇਕਰੀ ਹੈ। ਅਤੇ ਜਿਹੜਾ ਡੋਰ ਹੈ ਇੱਥੇ ਪਿਕਚਰ ਵਿੱਚ, ਉਹ ਇਹੀ ਵਾਲਾ ਡੋਰ ਹੈ। ਅਤੇ ਆਪਣੇ ਪਿੱਛੇ ਇਹ ਪ੍ਰਾਈਵੇਟ ਰੈਜ਼ੀਡੈਂਸ, ਜੋ ਕਿ ਹਲੇ ਵੀ ਸਟੈਂਡਿੰਗ ਹੈ। ਇਹ ਪਹਿਲਾਂ ਇਸ ਬਿਲਡਿੰਗ ਨੂੰ ਜਿਹੜੇ ਲੋਕਲ ਪੱਥਰ ਸੀ ਉਹਦੇ ਨਾਲ ਬਣਾਇਆ ਗਿਆ ਸੀਗਾ, ਪਰ ਫਿਰ ਉਸ ਤੋਂ ਬਾਅਦ ਹੁਣ 2000 ਵਿੱਚ ਇਹਨੂੰ ਆਇਰਨ ਨਾਲ ਇਹਨੂੰ ਮਜ਼ਬੂਤ ਬਣਾਤਾ ਹੈ। ਆਪਾਂ ਉੱਥੋਂ ਦੇ ਅੰਦਰ ਤਾਂ ਨਹੀਂ ਜਾ ਸਕਦੇ, ਪਰ ਆਪਾਂ ਇੱਥੋਂ ਦੇ ਅੰਦਰ ਦੇਖ ਸਕਦੇ ਹਾਂ। ਗਾਇਜ਼, ਇੱਥੇ ਇਸ ਏਰੀਆ ਵਿੱਚ ਦੋ ਤਿੰਨ ਹੋਰ ਵੀ ਬਿਲਡਿੰਗਸ ਨੇ ਜਿਹੜੀ ਪੁਰਾਣੀਆਂ ਨੇ। ਅਤੇ ਇੱਥੇ ਇੱਕ ਰੈਸਟੋਰੈਂਟ ਵੀ ਹੈ ਜਿਸ ਦਾ ਨਾਮ ਹੈ ਰੂਬੀ ਰਾਜਾ। ਉੱਥੇ ਮੈਂ ਸ਼ਾਇਦ ਚਲਾ ਜਾਊਂਗਾ ਜੇ ਟਾਈਮ ਮਿਲਿਆ। ਉਹ ਇੱਥੇ ਹੈ, ਉਹ ਵੀ ਪੁਰਾਣੀ ਬਿਲਡਿੰਗ 'ਚੋਂ ਹੀ ਬਣਿਆ। ਅਤੇ ਇੱਥੇ ਮੋਸਟ ਬਿਲਡਿੰਗਸ ਜਿਹੜੇ ਆਪਾਂ ਦੇਖ ਸਕਦੇ ਹਾਂ ਉਹ 1800s ਦੀ ਹੀ ਬਣੀ ਹੋਈਆਂ ਨੇ। ਹੁਣ ਅਸੀਂ ਆਏ ਹਾਂ ਇੱਕ ਗੈਲਰੀ ਵਿੱਚ। ਇਹ ਹੈਗੀ ਹੈ ਗੈਲਰੀ। ਇਸ ਦੇ ਅੰਦਰ ਹੁਣ ਆਰਟ ਰਿਲੇਟਡ ਚੀਜ਼ਾਂ ਵੀ ਨੇ, ਪੇਂਟਿੰਗਸ ਵਗੈਰਾ, ਅਤੇ ਕਲੇ ਰਿਲੇਟਡ ਚੀਜ਼ਾਂ ਵੀ ਨੇ। ਇਹ ਗੈਲਰੀ ਪਹਿਲਾਂ 1855 ਵਿੱਚ ਬਣੀ ਸੀਗੀ। ਅਤੇ ਪਹਿਲਾਂ ਜੇ ਟੀ ਟ੍ਰੀ ਗਲੀ ਦੀ ਉਦੋਂ ਕਾਉਂਸਲ ਹੁੰਦੀ ਸੀਗੀ, ਉਸਦੇ ਇੱਥੇ ਆਫਿਸ ਸੀਗਾ। ਹੁਣ ਇਹ ਗੈਲਰੀ ਬਣ ਗਈ ਹੈ। ਇਹ ਬਿਲਡਿੰਗ ਵੀ ਹੈ ਜਿਹੜੀ ਰੈਨੋਵੇਟ ਨਹੀਂ ਹੋਈ ਹੈ, ਪੁਰਾਣੀ ਹੈ, ਮਤਲਬ ਥੋੜ੍ਹੇ ਜਿਹਾ ਤਾਂ ਰੈਨੋਵੇਟ ਹੋਇਆ ਜਿਵੇਂ ਇਹ ਹਾਲ, ਪਰ ਬਾਕੀ ਇਹ ਬਿਲਡਿੰਗ ਸਾਰੀ ਪੁਰਾਣੀ ਹੀ ਹੈ। ਇਹ ਜਿਹੜੀ ਗੈਲਰੀ ਹੈ ਇੱਥੇ ਹੁਣ ਸੈਰੇਮਿਕ ਦੀ ਚੀਜ਼ਾਂ ਵੀ ਨੇ, ਜਿਵੇਂ ਇੱਕ ਆਹ ਹੈ। ਅਤੇ ਇੱਥੇ ਹੋਰ ਪੇਂਟਿੰਗਸ ਵਗੈਰਾ ਨੇ ਹੈ, ਸਕਲਪਚਰਸ ਵੀ ਨੇ, ਮਤਲਬ ਮੂਰਤੀਆਂ। ਅਤੇ ਇੰਟਰਸਟਿੰਗ ਹੈ, ਮੂੰਹ ਬਣਾਏ ਨੇ ਖਾਣੇ ਦੀਆਂ ਚੀਜ਼ਾਂ ਨਾਲ, ਜਿਵੇਂ ਕਿ ਇੱਥੇ ਆਈ ਥਿੰਕ ਸੋਸੇਜ ਹੈ, ਇੱਥੇ ਡੋਨਟਸ ਨੇ। ਹਾਂ, ਇਹ ਸਾਰਿਆਂ ਨੂੰ ਹੁਣ ਇਹ ਮਿਲਦਾ ਹੈ। ਅਤੇ ਇੱਥੇ ਜੇ ਆਪਾਂ ਜਾਈਏ, ਇੱਥੇ ਨੰਬਰ 14 ਹੈ। ਅਤੇ ਇੱਥੇ ਵੀ ਨੰਬਰ ਲਿਖੇ ਹੋਣ, ਜਿਵੇਂ ਨੰਬਰ 1 ਇੱਥੇ ਲਿਖੇ ਕਿਹਨੇ ਬਣਾਏ ਹੈ। ਇੱਥੇ ਉਹਦੇ ਬਾਰੇ ਡਿਸਕ੍ਰਿਪਸ਼ਨ ਦਿੱਤੀ ਹੈ। ਇਹ ਡੇਟ ਲਿਖੀ, ਮਤਲਬ ਕਦੋਂ ਬਣਿਆ, ਮੀਡੀਅਮ ਮਤਲਬ ਕਿਸ ਤੋਂ ਬਣਿਆ, ਅਤੇ ਇਹ ਪ੍ਰਾਈਸ ਲਿਖੀ ਹੈ।
जी मेरे हूँ ए नंबर 14 है तो आपका जी खोल लिए नंबर 14 है 377 डायल यही गाइस मैं एक चीज़ ही क्यूरियस हाँ हूँ इतने एक कोई पेंटिंग है ड्रॉ की हमें पता नहीं इस दाई किसने पेंटिंग ड्रॉ की या इस दे बारे चेक करने इससे प्राइस की है नंबर 43 आ गया है तो जरा इन्होंने सारे रिजेंबल कर लिया जिमें इतने लिखे है ये कॉटन कॉटन बायास इस तो बनया हो $35 का तो इतने जो आप देखिए ए वाला मतलब सब तो टॉप टी जो है वो वाला होना है गाइज इतने ईयरिंग्स बनाए तो थैंकफुली इन्होंने ला किया रिकॉर्डिंग भी तो मैं तुम ट्रांसलेट कर देना तो यह बोल रहे एक लैडर द पीस लेंदे उसके उपर पैटर्न ड्रॉ कर देने तो फिर उस बाद मेटल की चीज़ा लेंदे है पीसिस डिफरेंट शेप्स तो उन्होंने सारा जोड़ देंगे तो इन्होंने जी पाई हुई है वो एक एग्जाम्पल है गाइस तीसरी गली विच पहला लोग 1939 विच रहना है सीगे इन्होंने पहला टेस्ट किए सर्विस किए उन्हें नहीं पता कही जी सीगे पर फिर इन्हें रहन लग गए ये चर्च जरा बनया सीगा इन 1913 विच बनया सी मतलब 111 साल पुराना है ये जी लोकेशन है आउटस्कर्ट्स एडिलेड दी मतलब थोड़े जे बार बार है इतने एक पार्क भी बनी हुई है इतने कोई स्लाइड्स वगैरह नहीं है पर बैठने की अच्छी जगह है गाइस इतने इस विच आप चिट्ठी पा सकते हैं पोस्ट ऑफिस का है इस हूँ तो नहीं पा सकते पहले पा सकते सीगे तो यही जो है इतने पहले एक पोस्ट ऑफिस होंदा सीगा 1882 टू लेके 1963 तक तो इतने आप चिट्ठी अंदर पा सकते हैं तो इतों की वो चिट्ठी देंगी किसी को भी वो जाके दे दें जिसन भी देंगे तो बेसिकली पोस्टमैन ही है आप देख सकते अगे है द गली ये ठीक पब है रेस्टोरेंट इतने आप गेम्स वगैरह भी खेल सकते हैं तो यही थोड़ा जहाँ तो रेनोवेट किया हुआ पर जो आप छत में देखिए तो सारा देखिए आपको पता लग जा भी यही पुरानी बिल्डिंग ही है थोड़ा जहा रेनोवेट किया जमे उपरों की आई थिंक पर मेनली तो पुराना ही है बिल्डिंग यही भी इतने एक पुरानी बिल्डिंग ही है यही जी टाइप की बिल्डिंग्स वैसे थोड़ी जी कॉमन ने ज़्यादा कॉमन नहीं थोड़ी जी कॉमन ने एडिलेड विच पर ये स्टिल पुरानी तो है थोड़ी जी जी आप पहला जिमें आप कॉटेज देखी सी तो बेकरी वो बहुत पुरानी वाली ने जिमें 1850s वाली ये जी हूँ मैं तुम दिखाया सीगा इतने यही इन्ना पुराना नहीं आ गया 1960s 1970s तक बनया होना है इस पार्क का नाम जरा वो है हेन्स मेमोरियल पार्क गाइस इतने एक हेरिटेज म्यूजियम भी है इस म्यूजियम विच हूँ पुरानी टाइप की चीज़ें ने मैं शोर नहीं हाँ कही जिया ने पर अज आप जा नहीं पाऊंगी क्योंकि अज हैगी है सैटरडे तो खुला संडे नू कल्ला तो कल मैं थोड़ी जी बिजी हाँ कि मेरा मैच चेक क्रिकेट का तो वह भी फाइनल था जे कल मैं थोड़ी देर ही आप मैं तो चला जाऊँगा पर आई डोंट थिंक सो मैं आ पाऊँगा सॉरी अबाउट दैट
गाइज मैं राइट नाउ एडिटिंग कर रही हूँ। मैं रनदास से मैं संडे नू इतने गया था सेगा, पर इतने कोई पब्लिक गैदरिंग सी की तां करके इन्होंने खोल लिया नहीं, ओपन नहीं किया फॉर सम रीजन, पता नहीं क्यों। गाइज इतना एक बोर्ड सेगा उठे लिखा सी डोंट गेट लॉक्ड इन, मैंने फनी लग गया भी उठे टाइम लिखा सेगा भी कदों पार्किंग खुली है जे उठे लिखा सी डोंट गेट लॉक्ड इन। हूँ असं आए हैं कंजरवेशन पार्क विच, मतलब इतने वॉकिंग चैकिंग साइकिलिंग वगैरह सारा कुछ, इतने ट्रीज नेचर है डिफरेंट टाइप्स की, इतने आप एवं घूम सकते हैं। गाइस ने थोड़ी सी ड्रोन शॉट्स में उठे बनाए सके।